ਕਛੂ ਬੁਰਾ ਨਹੀਂ ਹੈ ਕਸੂਰ ਇੱਥੇ ਆਏ ਚੈੱਕ ਕਰੋ ਇੱਥੇ ਗੁੱਡੀ ਸਾਡੀ ਪਸੰਦ ਸਬਸਕ੍ਰਾਈਬ ਕਰਦੇ ਚਲੋ ਜੀ ਪਸੰਦ ਬਣਾ ਰਹੇ ਹੋ ਹੋ ਗਿਆ ਇੱਕ ਨਵੇਂ ਵਲੌਗ ਦੇ ਸਾਰਿਆਂ ਭਰਾਵਾਂ ਦਾ ਉਮੀਦ ਹੋਵੇ ਕਿ ਸਾਰੇ ਜਣੇ ਠੀਕ ਹੋ ਗਏ ਠੀਕ ਹੈ ਅੱਜ ਅਸੀਂ ਚੱਲੇ ਹਾਂ ਜੀ ਕਸੂਰ ਸ਼ਹਿਰ ਠੀਕ ਹੈ ਬਸੰਤ ਮਨਾਉਣ ਉੱਥੇ ਹੀ ਬਸੰਤ ਹੈ ਅੱਜ ਰਾਤ ਦੀ ਬਸੰਤ ਅਤੇ ਕੱਲ੍ਹ ਜੁਮਾ ਜੁਮੇ ਦੀ ਦਿਨ ਦੀ ਬਸੰਤ ਹੈ ਠੀਕ ਹੈ ਨਹਾ ਸ਼ਹਾ ਲਿਆ ਵਾ ਅਤੇ ਕੱਪੜੇ ਛੱਪੜੇ ਪਾ ਲੈਣੇ ਠੀਕ ਹੈ ਹੁਣ ਰੋਟੀ ਪਕਾ ਰਹੇ ਨੇ ਘਰ ਦੇ ਰੋਟੀ ਖਾ ਕੇ ਜਾਵਾਂਗੇ ਅਤੇ ਆ ਚੇਂਜ ਮਤਲਬ ਕੱਪੜੇ ਕੱਢ ਕੁੱਟ ਲੈਣੇ ਬੂਟ ਵੀ ਕੱਢ ਲੈਣੇ ਹੁਣ ਸਿਰਫ ਰੋਟੀ ਖਾਣੀ ਹੈ ਨਮਾਜ਼ ਪੜ੍ਹਨੀ ਅਤੇ ਨਿਕਲ ਜਾਣਾ ਠੀਕ ਹੈ ਟਾਈਮ ਹੋ ਗਿਆ 2 ਵੱਜ ਗਏ ਨੇ ਠੀਕ ਹੈ ਅੱਲਾ ਕੀਤਾ 5 ਜਾਂ 6 ਵਜੇ ਉੱਥੇ ਹੋਵਾਂਗੇ ਝੁੰਮਰਿਓ ਟਾਈਮ ਸਿਰ ਨਿਕਲ ਗਏ ਅਤੇ ਬਾਕੀ ਅੱਲਾ ਖੈਰ ਕਰੇ ਤੁਹਾਨੂੰ ਬਸੰਤ ਇੰਜੋਏ ਕਰਾਉਂਦੇ ਕਸੂਰ ਦੀ ਤਾਂ ਬੜੀ ਵੀ ਬਸੰਤ ਅਤੇ ਆ ਜਾਓ ਹਾਂ ਜੀ ਸਫ਼ਰ ਸ਼ੁਰੂ ਹੋ ਗਿਆ ਵੇਖ ਸਕਦੇ ਹੋ ਬੈਂਕ 'ਚੋਂ ਸ਼ੇਖ ਸਾਹਿਬ ਪੇਮੈਂਟ ਕਢਾਉਣ ਆਏ ਹੈ ਸ਼ੇਖ ਸਾਹਿਬ ਬੈਂਕ 'ਚੋਂ ਸ਼ੇਖ ਸਾਹਿਬ ਪੇਮੈਂਟ ਕਢਾਉਣ ਆਇਆ ਸ਼ੇਖ ਆਦਮ ਕੋਡ ਹੀ ਭੁੱਲ ਗਿਆ ਜਦੋਂ ਲਾਸਟ ਟਾਈਮ ਲਾਹੌਰੋਂ ਆਇਆ ਹਾਂ ਉਦੋਂ ਵੀ ਸ਼ੇਖ ਸਾਹਿਬ ਵੀ ਲੈਣ ਆਇਆ ਹੁਣ ਛੱਡਣ ਵੀ ਸ਼ੇਖ ਸਾਹਿਬ ਹੀ ਜਾ ਰਹੇ ਨੇ ਬਾਕੀ ਹੁਣ ਸਫ਼ਰ ਸ਼ੁਰੂ ਹੋ ਗਿਆ ਤਾਂ ਜਾ ਹੀ ਰਹੇ ਹਾਂ ਜੀ ਮੁੰਡਾ ਸਟੇਸ਼ਨ ਆ ਗਏ ਹਾਂ ਠੀਕ ਆ ਇੱਥੋਂ ਸਾਡਾ ਸਫ਼ਰ ਸ਼ੁਰੂ ਹੋ ਗਿਆ ਵਾ ਅਤੇ ਜਾ ਕੇ ਲਾਹੌਰ ਮਿਲਦੇ ਹਾਂ ਉੱਥੇ ਇੰਜੋਏ ਕਰਾਉਂਦੇ ਤੁਹਾਨੂੰ ਜਾ ਕੇ ਅੱਲਾ ਕੀਤਾ ਸ਼ਾਮ ਤੱਕ ਸ਼ਾਮ ਬਸੰਤ ਇੰਜੋਏ ਕਰ ਹੀ ਲਾਂਗੇ ਅਸੀਂ ਜੀ ਸਰਕਾਰ ਸਫ਼ਰ ਸ਼ੁਰੂ ਹੋ ਗਿਆ ਸੀ ਸਾਡਾ ਅਤੇ ਅਸੀਂ ਡੈਪੋ 'ਚ ਬਹਿ ਪੋ ਗਏ ਹਾਂ ਅਤੇ ਅੱਲਾ ਖੈਰ ਕਰੇ 2 ਘੰਟਿਆਂ 'ਚ ਡੈਪੋ ਨੇ ਪਹੁੰਚਾ ਦੇਣਾ ਲਾਹੌਰ ਅਤੇ ਲਾਹੌਰੋਂ ਅੱਗੇ ਨਿਕਲਾਂਗੇ ਕਸੂਰ ਵੱਲ ਨੂੰ ਅਤੇ ਰਾਤ ਤੁਹਾਨੂੰ ਬਸੰਤ ਇੰਜੋਏ ਕਰਾਉਂਦੇ ਹਾਂ ਬੜੀ ਜੀ ਗੁੱਡੀ ਉੱਡੀ ਹਿੱਸਾ ਜੀ ਸਾਰਾ ਤੁਸੀਂ ਸਟਾਰਟਿੰਗ 'ਤੇ ਵੇਖੀ ਹੋਣਾ ਥੋੜ੍ਹਾ ਜਿਹਾ ਕਲਿੱਪ ਲਾਇਆ ਜੀ ਅੱਗੇ ਪੂਰਾ ਵਲੌਗ ਵੇਖਣਾ ਬੜਾ ਮਜ਼ਾ ਆ ਰਿਹਾ ਬਹੁਤ ਹੈਵੀ ਐਂਡ ਅਤੇ ਬਾਰਿਸ਼ ਹੋ ਗਈ ਵੀ ਤੁਹਾਨੂੰ ਦਿਖਾਉਂਦੇ ਹਾਂ ਭਾਅ ਜੀ ਸ਼ੁਕਰ ਅਲਹਮਦੁਲਿਲਾ ਅਸੀਂ ਲਾਹੌਰ ਪਹੁੰਚ ਗਏ ਹਾਂ ਆਵਾਮ ਆ ਰਹੀ ਹੈ ਆਵਾਮ ਜਾ ਰਹੀ ਹੈ ਵਾਹ ਵਾਹ ਰਸ਼ ਹੀ ਲੱਗਾ ਹੈ ਅਸੀਂ ਅੱਲਾ ਅੱਲਾ ਕਰਕੇ ਪਹੁੰਚ ਗਏ ਪੂਰੇ 6 ਵਜੇ ਹੁਣ ਇੱਥੋਂ ਕਸੂਰ ਲਏ ਗੱਡੀ ਲੈਂਦੇ ਹਾਂ ਅਤੇ ਹੁਣ ਕਸੂਰ ਪਹੁੰਚਦੇ A few moments later ਬਸੰਤ ਬਣਾਉਣ ਆਏ ਨੇ ਤੂੰ ਕੀ ਬਣਾਉਣ ਆਇਆ ਅਸੀਂ ਮੀਆਂ ਪਰ ਮੇਰਾ ਦੋਸਤ ਹੀ ਮੈਨੂੰ ਲੈਣ ਆਇਆ ਹੈ ਦਰਾ ਮੇਰੇ ਦੋਸਤ ਕੀ ਹਾਲ ਚਾਲ ਹੈ ਵੀ ਆਪਣਾ ਦੋਸਤ ਹੈ ਇਹ ਮੱਲੇ ਜੋ ਸਭ ਨਾਲੋਂ ਵੱਡਾ ਮੁੰਡਾ ਹੈ ਸਾਲ ਦਾ ਸਾਲ ਦਾ ਉਮਰ ਚ ਡਾਊਨ ਟਾਊਨ ਰਹਿੰਦਾ ਹੈ ਮਹਿਮਾਨ ਨਮਾਜ਼ੀ ਹੋ ਰਹੀ ਹੈ ਅਰੋ ਆ ਕੀ ਅਰੋਈ ਗੰਨੇ ਦਾ ਜੂਸ ਪੂਰੀਆਂ ਪਲੈਨਿੰਗਾਂ ਰੋਟੀ ਛੋਟੀ ਪਕਾਈ ਹੋ ਕਈ ਬੱਬਾਈ ਹਰ ਚੀਜ਼ ਤੁਹਾਡੇ ਵਾਸਤੇ ਮਹੀਆ ਕਰ ਦਿੱਤੀ ਗਈ ਹੈ ਹੈ ਕੀ ਹੈ ਗੰਨੇ ਦਾ ਰਸ ਅਮੀ ਹੈ ਕੀ ਬਾਤ ਹੈ ਯਾਰ ਮੈਨੂੰ ਸਦਕੇ ਆ ਰਾਤ 9 ਵੇ ਸੁੱਤੇ ਨੇ ਹਰਕਤਾਂ ਨੇ ਚੈੱਕ ਕਰ ਆ ਬਸੰਤ ਮਨਾਉਣ ਆਏ ਨੇ ਬੱਚੇ ਇਹ ਤੇਲੇ ਬੈੱਡਾਂ ਲੱਗੇ ਨੇ ਇਹਨਾਂ ਬਸੰਤ ਕੀ ਮਨਾਉਣੀ ਹੈ ਹੈਲੋ ਰਾਤ ਦੀ ਹੈ ਯਾਰ ਕੋਈ ਉੱਠਾ ਬਾਈ ਜੀ ਉਹਦੀ ਉੱਠਣਾ ਤੁਹਾਨੂੰ ਪੁਲਿਸ ਨੇ ਉਹ ਤੁਹਾਨੂੰ ਪੁਲਿਸ ਨੇ ਲੈ ਜਾਣਾ ਬਾਕੀ ਉੱਥੇ ਜਾ ਸੋ ਲਿਓ ਬੰਦੇ ਸੁੱਤੇ ਨੇ ਮਸਾਲੇ ਨੇ ਇੰਜ ਲਾਏ ਨੇ ਨਹੀਂ ਬਹੁਤ ਮਿਹਨਤਾਂ ਹੋ ਰਹੀਆਂ ਹੈਂ ਰਸ ਮਲਾਈ ਵੀ ਜੇ ਠੀਕ ਹੈ ਟਿੱਕਾ ਪ੍ਰੋਗਰਾਮ ਵੀ ਜੇ ਬਿਰਿਆਨੀ ਪ੍ਰੋਗਰਾਮ ਵੀ ਜੇ ਬੰਦੇ ਆਪ ਸੁੱਤੇ ਨੇ ਸਾਰੇ ਅਸੀਂ ਇੱਥੇ ਇਕੱਲੇ ਹੀ ਜਾਗ ਰਹੇ ਹਾਂ ਇੱਕ ਆਹ ਭਾਈ ਜਾਗ ਰਿਹਾ ਵਾ ਇੱਕ ਉਹ ਸਮਝਦਾਰੀ ਦਾ ਲੈਕਚਰ ਲੈ ਰਿਹਾ ਵਾ ਇਹ ਸਰਕਾਰ ਵੇਖੋ ਇੰਨੀ ਇੰਨੀ ਗੁੱਡੀ ਉੱਡ ਰਹੀ ਆਸਮਾਨ 'ਤੇ ਕੁਛ ਹੈ ਹੀ ਨਜ਼ਰ ਆ ਰਹੀ ਓਏ ਹੋਏ 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 ਚੋਈ ਸਾਹਿਬ ਇੰਨੀ ਗੁੱਡੀ ਉੱਡ ਰਹੀ ਇੱਥੇ ਬਸੰਤ ਕੀ ਬਣਾਉਣੀ ਇੱਥੇ ਬਸੰਤ ਕੀ ਬਣਾਉਣੀ ਇੱਥੇ ਤਾਂ ਮੀਂਹ ਪੈਣ ਦਿਆ ਵਾ ਨਾਲ ਪੁਲਿਸ ਵੀ ਪਾਈ ਜਾਏਗੀ ਹੈ
ਹਿਰਨ ਪਕਾਇਆ ਵਾ ਮੈਨੂੰ ਨੀ ਤੁਸੀਂ ਕਹਿਣਾ ਬੱਛੂ ਡਾਕ ਲਿਆ ਨਹੀਂ ਨਹੀਂ ਤੁਹਾਨੂੰ ਕਦੀ ਕੇ ਸੂਰਜ ਨੇ ਤੁਹਾਨੂੰ ਕਹਿਣਾ ਹਿਰਨ ਦੀ ਅੰਮੀ ਹਿਰਨ ਦੀ ਅੰਮੀ ਬਾਪਕੋ ਮਸਿਕਾ ਚੱਲ ਤਾਂ ਜੀ ਆਪਣੇ ਫੈਨ ਮਿਲਣ ਦਾ ਆਪਣੇ ਫੈਨਾਂ ਨਾਲ ਮਿਲਾਉਂਦੇ ਆ ਛੋਟੇ ਛੋਟੇ ਬੱਚੇ ਦਿਖਾਓ ਜੀ ਹਮਾਰੀ ਵੀਡੀਓ ਦੇਖਦੇ ਆ ਛੋਟੇ ਛੋਟੇ ਬੱਚੇ ਕਸੂਰ ਸੇ ਆਪਣਾ ਆਪਣਾ ਨਾਮ ਬਤਾਓ ਯਾਨ ਆਪਕਾ ਕਿਆ ਨਾਮ ਇਕਰਾ ਆਪਕਾ ਕਿਆ ਨਾਮ ਇਨਕੋ ਫੋਨ ਵੀ ਦਿਖਾਓ ਜਿਸੇ ਵਲੋਗ ਦੇਖਦੇ ਹੋ ਯੇ ਦੇਖੋ ਜੀ ਬੱਚੋ ਨੇ ਸਬਸਕ੍ਰਾਈਬ ਕੀਆ ਹੋਇਆ ਆਪ ਲੋਕ ਨੇ ਨਹੀਂ ਕੀਆ ਸਾਰੇ ਮਿਲ ਕੇ ਕਹਿ ਦੋ ਕਰਦੇ ਸਬਸਕ੍ਰਾਈਬ ਕਰਦੇ ਚਲੋ ਜੀ ਪਸੰਦ ਬਣਾ ਰਹੇ ਹੋ ਆ ਜਾਓ ਇਧਰ ਆਪਕੋ ਖਾਣਾ ਖਿਲਾਏ ਆ ਜਾਓ ਹਾਂਜੀ ਇਹ ਜੀ ਇਹ ਬੱਚਾ ਰਹਿ ਗਿਆ ਤਾਂ ਆਪਕਾ ਕਿਆ ਨਾਮ ਹੈ ਜੈਨ ਨਾਮ ਹੈ ਕਿਤਾ ਪਾਰਾ ਬੱਚਾ ਇਤਨੀ ਖੁਸ਼ੀ ਇਤਨੀ ਖੁਸ਼ੀ ਮੁਝੇ ਸਰਕਾਰ ਨੂੰ ਸਰਕਾਰ ਨਾਲ ਚੁੱਕ ਲਓ ਇਹਨਾਂ ਨੂੰ ਚੁੱਕ ਲਓ ਸਰਕਾਰ ਨਾਲ ਚੁੱਕ ਲਓ ਲੈ ਜਾਓ ਇਹਨਾਂ ਨੂੰ ਇਹਨਾਂ ਨੇ ਸਮਾਨ ਕਰ ਲਿਆ ਜੇ ਹੁਣ ਆਇਓ ਤੁਹਾਨੂੰ ਮੁਖਬਰੀ ਧਰਮ ਦੇ ਦਿੱਤੀ ਜੇ ਇਹਨਾਂ ਨੂੰ ਚੁੱਕ ਲਓ ਉਸਤਾਦ ਜੀ ਇਹ ਕੁਛ ਵੱਜਦਾ ਜੇ ਸਦਰ ਦੀ ਜਲਦੀ ਤੋਰੋ ਦਿਖਾਈਏ ਪੜੋ ਇਹਨੂੰ ਮਾਸਟਰ ਬੜਾ ਬੜੀ ਪਾਰਟੀ ਪਾ ਲੈਣੀ ਯਾਰ ਬੱਟ ਆ ਮੇਰੇ ਪਾਰਟੀ ਖਾਂਦਾ ਜੇ ਸਦਰ ਫੜ ਮਾਸਟਰ ਇਹਨੂੰ ਤੋੜ ਇਹਨੂੰ ਯਾਰ ਅਲੀ दस दिता छापा पै गया चलो चलो एक गुड्डी उड रही सिर्फ इथे नैस उड रही है वेखो अंदरून आए है ना स्वाद भी आया सानू चेक करो हर छत ते बंदा चढ़िया है ਬੰਦੇ ਕੋਈ ਨੀ ਸੀ ਹੈ ਸਰਕਾਰ ਜ਼ਰੂਰ ਫੜ ਕੇ ਇਹਨਾਂ ਨੂੰ ਥਾਣੇ ਲਾਇਓ ਉਸਤਾਦ ਜੀ ਆ ਸਾਡੀ ਪਸੰਦ ਹਲਕੀ ਹਲਕੀ ਬਾਰਿਸ਼ ਹੋ ਰਹੀ ਹੈ ਤੇ ਨਾਲ ਗੁੱਡੇ ਕੱਟ ਰਹੇ ਨੇ ਵੇਖੋ ਬਾਰਿਸ਼ ਹੋ ਰਹੀ ਫੁੱਲ ਬੱਦਲ ਠੀਕ ਹੈ ਮੈਂ ਤੇ ਸਦਰ ਫੁੱਲ ਥੱਕੇ ਆਰਾਮ ਕਰ ਰਹੇ ਢੋਲੇ ਪਾ ਰਹੇ ਨੇ ਬੱਚੇ ਇਹ ਸਰਕਾਰ ਮਹਿਫਲ ਤੋਂ ਆਏ ਨੇ ਬੱਚੇ ਹੁਣ ਬੈਗ ਰੋਟੀ ਖਾਣ ਲੱਗੇ ਨੇ ਸਪਾਰੇ ਪਰੇ ਨੇ ਫਜਰ ਆ ਵੇਖ ਲਓ ਟਾਈਮ ਇਹ ਵੇਖ ਲਓ ਟਾਈਮ ਕੀ ਟਾਈਮ ਹੋ ਗਿਆ ਵਾ ਤੇ ਇਹਨਾਂ ਨੇ ਰੋਟੀ ਕਿੰਨੀ ਲੇਟ ਦਿੱਤੀ ਸਾਨੂੰ ਤੇ ਇਸ ਟਾਈਮ ਫੁੱਲ ਨੀਂਦ ਆਈ ਇਸ ਟਾਈਮ ਰੋਟੀ ਖਾ ਕੇ ਤੇ ਬਾਕੀ ਅੱਲਾਹ ਖੈਰ ਕਰੇ ਆ ਵਲੋਗ ਤੁਹਾਨੂੰ ਜਲਦੀ ਮਿਲੇਗਾ ਤੇ ਦਿਨ ਦਾ ਵਲੋਗ ਜਿਹੜਾ ਕੱਲ੍ਹ ਦਾ ਉਹ ਕੱਲ੍ਹ ਮਿਲੇਗਾ ਰੱਬ ਦੇ ਹਵਾਲੇ ਹਾਂਜੀ ਉਸਤਾਦ ਜੀ ਬ੍ਰੇਕਿੰਗ ਨਿਊਜ਼ ਆਈ ਦੀ ਕਿ ਬਸੰਤ ਤੋਂ ਵੜ ਗਈ ਬਾਰਿਸ਼ ਪੈ ਰਹੀ ਹੈ ਫੁੱਲ VIP ਤਾਜ਼ਾ ਤਰੀਨ ਖਬਰ ਰਾਤ 2 ਵਜੇ ਦੀ ਬਾਰਿਸ਼ ਨਿਜ਼ਾਮਾਬਾਦ ਚਲਦੀ ਜਾ ਰਹੀ ਹੈ ਚਲਦੀ ਆ ਸਾਰਾ ਦਿਨ ਚੱਲੀ ਨਾਜ਼ਰੀਨ ਕਸੂਰ ਦੀ ਬਸੰਤ ਵੜ ਗਈ ਸਾਡਾ ਕਸੂਰ ਵਾਲਾ ਵੜ ਗਿਆ ਹਾਂਜੀ ਹੱਸਦੇ ਚਿਹਰਿਆਂ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹਨਾਂ ਨੂੰ ਕਦੇ ਕੋਈ ਤਕਲੀਫ ਨਹੀਂ ਹੁੰਦੀ ਉਹਦਾ ਮਤਲਬ ਇਹ ਹੁੰਦਾ ਕਿ ਇਹਨਾਂ ਨੂੰ ਤਕਲੀਫਾਂ ਨਾਲ ਡੀਲ ਕਰਨਾ ਹੁੰਦਾ ਬਿਲਕੁਲ ਸਹੀ